ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੀ ਨੀਟਿੰਗ ਚੈਨਲ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਫੇਰ ਹਾਜ਼ਰਾਂ ਤੁਹਾਡੇ ਲਈ ਬੁਣਤੀ ਦਾ ਇੱਕ ਨਵਾਂ ਡਿਜ਼ਾਈਨ ਲੈ ਕੇ ਇਹ ਫਲੀਆਂ ਵਾਲਾ ਡਿਜ਼ਾਈਨ ਤੇ ਬਹੁਤ ਹੀ ਸਾਂਝੇ ਤਰੀਕੇ ਨਾਲ ਬੰਦਾ ਤੇ ਜਦੋਂ ਵੀ ਆਪਾਂ ਸਲਾਈ ਦੇ ਉੱਪਰ ਕੁੰਡੇ ਪਾਵਾਂਗੇ ਦੋ-ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾ ਲਾਂਗੇ ਫਿਰ ਇਹ ਡਿਜ਼ਾਈਨ ਆਪਣਾ ਪੂਰਾ ਆ ਜਾਂਦਾ ਇਹ ਮੈਂ ਦੋ ਸਲਾਈਆਂ ਬਣਾ ਲੀਆਂ ਨੇ ਉਲਟੀਆਂ ਤੇ ਹੁਣ ਆਪਾਂ ਕਰਦੇ ਆਂ ਡਿਜ਼ਾਈਨ ਸ਼ੁਰੂ ਸਿੱਧੇ ਪਾਸੇ ਤੋਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਮੇਰੀ ਅਗਲੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਤੇ ਤੁਸੀਂ ਇਸ ਤਰ੍ਹਾਂ ਸੋਹਣੇ-ਸੋਹਣੇ ਤੇ ਸੌਖੇ-ਸੌਖੇ ਡਿਜ਼ਾਈਨ ਦੇਖਦੇ ਰਹੋ ਇਹ ਵਾਲੀ ਪਹਿਲੀ ਸਲਾਈ ਆਪਾਂ ਸਾਰੀ ਸਿੱਧੀ ਪਾਵਾਂਗੇ ਸਿੱਧੇ ਪਾਸੇ ਤੋਂ ਪਹਿਲੀ ਸਲਾਈ ਸਿੱਧੀ ਮੇਰੀ ਵਸੇਹੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਤੁਹਾਨੂੰ ਸੌਖੇ ਸੌਖੇ ਤੇ ਸੋਹਣੇ ਸੋਹਣੇ ਡਿਜ਼ਾਈਨ ਦੱਸਾਂ ਜਿਹੜੇ ਆਸਾਨੀ ਨਾਲ ਬਣ ਸਕਣ ਔਰ ਬਣੇ ਹੋਏ ਸੋਹਣੇ ਵੀ ਲੱਗਣ ਇਸ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹੁਣ ਆ ਗਏ ਆਪਾਂ ਉਲਟੀ ਸਾਈਡ ਇਹ ਆਪਾਂ ਸਾਰੀ ਸਲਾਈ ਸਿੱਧੀ ਬਣਾ ਲਈ ਹੈ ਸਿੱਧੇ ਪਾਸੇ ਤੋਂ ਪਹਿਲੀ ਸਲਾਈ ਉਲਟੀ ਸਾਈਡ ਇਹ ਡਿਜ਼ਾਈਨ ਪੈਂਦਾਗਾ ਪਹਿਲਾ ਗੁੰਡਾ ਸਿੱਧਾ ਸਰਫ ਇੱਕ ਸਲਾਈ ਦਾ ਹੀ ਡਿਜ਼ਾਈਨ ਆ ਇਹ ਤੇ ਕਮਾਲ ਦਾ ਹੀ ਡਿਜ਼ਾਈਨ ਬਣਦਾ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਕੇ ਇੱਥੇ ਆਪਾਂ ਜਾਲੀ ਪਾ ਲਈ ਹੁਣ ਜਿਹੜਾ ਇਹ ਜਾਲੀ ਆਪਾਂ ਪਾਈ ਆ ਇਹਨੂੰ ਆਹ ਵਾਲੇ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਸੈੱਟ ਦਾਂਗੇ ਫਿਰ ਧਾਗਾ ਆਪਣੇ ਵੱਲ ਕਰ ਲਵਾਂਗੇ ਦੋ ਕੁੰਡੇ ਸਿੱਧੇ ਆਹ ਜਾਲੀ ਵਾਲਾ ਧਾਗਾ ਇਹਦੇ ਉੱਪਰ ਦੀ ਇਸ ਤਰ੍ਹਾਂ ਫੇਰ ਧਾਗਾ ਆਪਣੇ ਵੱਲ ਕਰਕੇ ਦੋ ਕੁੰਡੇ ਸਿੱਧੇ ਇਹਨੂੰ ਇਹਦੇ ਉੱਪਰ ਦੀ ਇਸ ਤਰ੍ਹਾਂ ਸੈੱਟ ਦਿਆਂਗੇ ਧਾਗਾ ਆਪਣੇ ਵੱਲ ਕਰਕੇ ਦੋ ਕੁੰਡੇ ਸਿੱਧੇ ਔਰ ਜਿਹੜਾ ਇਹ ਆਪਣੀ ਜਾਲੀ ਬਣੀ ਆ ਇਹਨੂੰ ਇਹਦੇ ਉੱਪਰ ਦੀ ਇਸ ਤਰ੍ਹਾਂ ਕੱਢ ਦਿਆਂਗੇ ਧਾਗਾ ਆਪਣੇ ਵੱਲ ਕਰਕੇ ਦੋ ਕੁੰਡੇ ਸਿੱਧੇ ਜਾਲੀ ਵਾਲੇ ਕੁੰਡੇ ਨੂੰ ਇਹਦੇ ਉੱਪਰ ਦੀ ਇਸ ਤਰ੍ਹਾਂ ਸੈੱਟ ਦਿਆਂਗੇ। ਬਸ ਇਹੀ ਆਪਾਂ ਦੋ ਕੁੰਡੇ ਵਾਰ-ਵਾਰ ਰਿਪੀਟ ਕਰਨੇ ਨੇ ਉਲਟੀ ਸਲਾਈ ਚ। ਧਾਗਾ ਆਪਣੇ ਵੱਲ ਕਰਕੇ ਜਾਲੀ ਬਾਲੀ। ਦੋ ਕੁੰਡੇ ਸਿੱਧੇ ਤੇ ਜਾਲੀ ਨੂੰ ਇਹਦੇ ਉੱਪਰ ਦੀ ਇਸ ਤਰ੍ਹਾਂ ਕੱਢ ਦੇਣਾ। ਬਹੁਤ ਸੋਹਣਾ ਬਣਦਾ ਡਿਜ਼ਾਈਨ। ਇਸ ਤਰ੍ਹਾਂ ਦੋ ਕੁੰਡੇ ਸਿੱਧੇ ਇਹਨੂੰ ਇਹਦੇ ਉੱਪਰ ਦੀ ਐਂ ਕੱਢ ਦਿਆਂਗੇ ਲਾਸਟ ਵਾਲਾ ਕੁੰਡਾ ਫੇਰ ਸਿੱਧਾ ਹੁਣ ਆ ਗਏ ਆਪਾਂ ਸਿੱਧੇ ਪਾਸੇ ਸਿੱਧੇ ਪਾਸੇ ਆਪਣੀ ਸਾਰੀ ਸਲਾਈ ਇਹ ਫੇਰ ਸਿੱਧੀ ਬਣੂਗੀ ਇਹ ਵਾਲੀ ਸਾਰੀ ਸਲਾਈ ਆਪਾਂ ਫੇਰ ਸਿੱਧੀ ਬਣਾ ਕੇ ਕੰਪਲੀਟ ਕਰ ਲਈ ਹੈ ਐਸਟਰਾ ਉਲਟੀ ਸਾਈਡ ਫੇਰ ਆਪਾਂ ਪਹਿਲਾ ਗੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਕੇ ਫੇਰ ਦੋ ਗੁੰਡੇ ਸਿੱਧੇ ਇਹ ਜਾਲੀ ਵਾਲੇ ਨੂੰ ਇਹਦੇ ਉੱਪਰ ਦੀ ਐ ਸੈੱਟ ਦਿਆਂਗੇ ਦੋ ਗੁੰਡੇ ਸਿੱਧੇ ਇਨਰ ਉੱਪਰ ਦੇ ਅਸਤਰਾ ਸੈੱਟ ਦੇ ਆਗੇ ਬਹੁਤ ਹੀ ਆਸਾਨ ਜਿਹਾ ਡਿਜ਼ਾਈਨ ਔਰ ਇਹੀ ਕੋਸ਼ਿਸ਼ ਰੱਖਾਂਗੇ ਵੀ ਤੁਹਾਨੂੰ ਸੌਖੇ ਤੋਂ ਸੌਖੇ ਡਿਜ਼ਾਈਨ ਦੱਸਿਗੇ ਜਿਹੜੇ ਆਸਾਨੀ ਨਾਲ ਬਣ ਸਕਣ ਔਰ ਬਣੇ ਸੋਹਣੇ ਵੀ ਲੱਗਣ ਕਿਉਂਕਿ ਜਿਆਦਾ ਲੰਬਾ ਡਿਜ਼ਾਈਨ ਬਣਾਉਣਾ ਔਖਾ ਵੀ ਲੱਗਦਾ ਇਸ ਲਈ ਆਪਾਂ ਛੋਟੇ-ਛੋਟੇ ਡਿਜ਼ਾਈਨ ਹੀ ਦੱਸਿਆ ਕਰਾਂਗੇ। ਇਹ ਹੀ ਇੱਕ ਸਲਾਈ ਦਾ ਡਿਜ਼ਾਈਨ ਆ ਉਲਟੀ ਸਾਈਡ ਪੈਂਦਾ ਇਹ। ਸਿੱਧੀ ਸਾਈਡ ਸਾਰੀਆਂ ਸਲਾਈਆਂ ਇਹ ਸਿੱਧੀਆਂ ਹੀ ਬਣਦੀਆਂ। ਸਿੱਧੇ ਪਾਸੇ ਆਪਾਂ ਫੇਰ ਉਸੇ ਤਰ੍ਹਾਂ ਸਾਰੀ ਸਲਾਈ ਸਿੱਧੀ ਬਣਾਵਾਂਗੇ ਦੇਖੋ ਆਪਣਾ ਇਹ ਡਿਜ਼ਾਈਨ ਬਣਨ ਲੱਗ ਗਿਆ ਇਸ ਤਰ੍ਹਾਂ ਆਏ ਉੱਪਰ ਦੀ ਉੱਪਰ ਇਹ ਫਲੀਆਂ ਬਣੀ ਜਾਣਗੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਤੁਹਾਨੂੰ ਮੈਂ ਬਣਿਆ ਹੋਇਆ ਡਿਜ਼ਾਈਨ ਦਿਖਾਉਣੀ ਆ ਵੀ ਬਣ ਕੇ ਇਹ ਕਿਸ ਤਰ੍ਹਾਂ ਦਾ ਲੱਗਦਾਗਾ ਹਾਂਜੀ ਦੇਖੋ ਇਹ ਹੀ ਆਪਾਂ ਉਲਟੀ ਸਾਈਡ ਡਿਜ਼ਾਈਨ ਬਣਦਾ ਔਰ ਸਿੱਧੀ ਸਾਈਡ ਸਿੱਧੀ ਸਲਾਈ ਪਾ ਕੇ ਇਸ ਤਰ੍ਹਾਂ ਦੋ ਸਲਾਈਆਂ ਇਹ ਵਾਰ-ਵਾਰ ਰਿਪੀਟ ਕਰਦੇ ਜਾਵਾਂਗੇ ਤੇ ਆਪਣਾ ਦੇਖੋ ਕਿੰਨਾ ਪਿਆਰਾ ਫਲੀਆਂ ਵਾਲਾ ਡਿਜ਼ਾਈਨ ਬਣਦਾ ਜਾਊਗਾ ਦੇਖੋ ਕਿੰਨਾ ਸੋਹਣਾ ਲੱਗਦਾ ਬਣਿਆ ਹੋਇਆ ਆ ਇਹ ਲੰਬੀਆਂ ਲੰਬੀਆਂ ਫਲੀਆਂ ਬਣਦੀਆਂ ਨੇ ਇਹਦੇ ਵਿੱਚ ਕਿੰਨਾ ਪਿਆਰਾ ਬਣਿਆ ਡਿਜ਼ਾਈਨ ਦੇਖੋ ਜੇਕਰ ਤੁਹਾਨੂੰ ਵੀ ਮੇਰਾ ਇਹ ਡਿਜ਼ਾਈਨ ਪਸੰਦ ਆਇਆ ਹੋਵੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ